ਅੱਛੇ ਆ ਕੰਪਨੀ ਨੇ ਟਰੈਕਟਰ ਤਿਆਰ ਕੀਤੇ, ਖਾਸ ਕਰ ਇਹ ਵਾਲਾ ਟਰੈਕਟਰ ਇਹਨਾਂ ਦਾ 4400 ਫੋਰ ਵੀਲ ਡਰਾਈਵ ਮੈਨੂੰ ਬੜਾ ਜਿਹੜਾ ਹੈ ਉਹ ਪਸੰਦ ਆਇਆ। ਟਰਬੋ ਲੱਗੀ ਹੋਈ ਆ, ਚੰਗਾ ਸੋਹਣਾ ਖੁੱਲ੍ਹਾ ਜਿਹਾ ਰੱਖ ਕੇ ਟਰੈਕਟਰ ਬਣਾਇਆ ਕੰਪਨੀ ਨੇ, ਸਹੀ। ਸੋ HP ਕੈਟਾਗਰੀ 'ਚ ਹੈ। ਹਾਂਜੀ, ਵੀਡੀਓ ਪਾਉਣ ਦਾ ਮਕਸਦ, ਇੱਥੇ ਇਹਨਾਂ ਟਰੈਕਟਰਾਂ ਨੂੰ ਬੁਲਾਉਣ ਦਾ ਮਕਸਦ ਆਪਣੇ ਜ਼ਿਮੀਦਾਰਾਂ ਭਰਾਵਾਂ ਨੂੰ ਆਖਣਾ ਵੀ ਟਰੈਕਟਰ ਦਾ ਪ੍ਰਮੋਟ ਕਰਨਾ ਨਹੀਂ, ਨਵੀਂ ਸ਼ੈ ਪਾਕਿਸਤਾਨ ਵਿੱਚ ਆਵੇ ਤੈਨੂੰ ਲਾਂਚ ਕਰਨਾ ਸਾਡਾ ਫਰਜ਼ ਹੈ। ਅੱਛੀ ਸ਼ੈ ਹੋਵੇ ਤੈਨੂੰ ਆਖਣਾ ਚਾਹੀਦਾ, ਅੱਛਾ ਮਾੜਾ ਹੋਵੇ ਤੇ ਮਾੜਾ। ਟਰੈਕਟਰ ਸਾਹਮਣੇ ਨੇ ਰੰਗ ਅੱਛਾ, ਢੰਗ ਅੱਛਾ, ਲੋਹਾ ਅੱਛਾ, ਟਰਬੋ ਵਗੈਰਾ ਹੋਣੀ ਚਾਹੀਦੀ ਹੈ, ਪਲੇਟਫਾਰਮ ਖੁੱਲ੍ਹਾ ਹੋਣਾ ਚਾਹੀਦਾ ਨੇ। ਹਾਂਜੀ, ਇਹ ਖੁਸ਼ਹਾਲ ਗੱਲਾਂ ਨੇ, ਅੱਛੀਆਂ ਗੱਲਾਂ ਨੇ ਜੀ। ਹਾਂਜੀ, ਆਪਣਾ ਬਾਕੀ ਟਰੈਕਟਰ ਦੇਖਣ ਨੂੰ ਬਿਲਕੁਲ ਠੀਕ ਹੈ ਜੀ। ਇਹ ਪਾਕਿਸਤਾਨ ਨੂੰ ਪ੍ਰਮੋਟ ਕਰੋ। ਹੁਣ ਸਾਡੇ ਭਰਾ ਕੀ ਆਉਂਦੇ ਨੇ, ਚਾਪਰ ਲੈਣਾ ਇੰਡੀਆ ਦਾ, ਬਲੇਟ ਲੈਣਾ ਇੰਡੀਆ ਦਾ, ਆਲ ਲੈਣੇ ਨੇ ਇੰਡੀਆ ਦੇ, ਟਾਇਰ ਲੈਣੇ ਨੇ ਇੰਡੀਆ ਦੇ, ਹਰ ਸ਼ੈ ਅਸੀਂ ਇੰਡੀਆ ਤੇ ਜਾਂਦੇ ਹਾਂ। ਸਾਡਾ ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ, ਪਾਕਿਸਤਾਨ ਦੀ ਕੋਈ ਸ਼ੈ ਵੀ ਆਇਆ ਉਹਨੂੰ ਪ੍ਰਮੋਟ ਕਰੋ। ਮੈਂ ਤਾਂ ਵੈਸੇ ਪਹਿਲੀ ਦਫਾ ਦੇਖਿਆ ਇਹ। ਹਾਂਜੀ, ਬੁਰਾਕ ਟਰੈਕਟਰ ਜੀ, ਇਹ 100 HP ਦਾ, DA 4100, ਟੂ ਵੀਲ ਡਰਾਈਵ, ਇਹਦੇ ਵਿੱਚ 4-wheel ਡਰਾਈਵ ਵੀ ਹੈ। ਹਾਂਜੀ, ਤੇ ਬਾਕੀ ਭਾਈ ਹੁਣਾਂ ਨੇ ਤੁਹਾਨੂੰ ਇਹਦਾ ਡਿਜ਼ਾਈਨ ਤਾਂ ਸਾਰਾ ਦਿਖਾ ਦਿੱਤਾ ਹੋਣਾ। ਹਾਂਜੀ, ਤੇ ਇੱਕ ਨਵਾਂ ਟਰੈਕਟਰ ਜੀ, ਅਸੀਂ ਇਹਨੂੰ ਖੁਸ਼ਾਮਦੀਦ ਕਹਿੰਦੇ ਹਾਂ ਇਸ ਮਾਰਕੀਟ ਦੇ ਵਿੱਚ, ਜਿੱਥੇ ਪਹਿਲੇ 2-4 ਕੰਪਨੀਆਂ ਵਾ ਸਿਰਫ। ਸਹੀ, ਤੇ ਬਹੁਤ ਅੱਛੀ ਗੱਲ ਆ ਜੀ, ਕੰਪੀਟੀਸ਼ਨ ਹੋਏਗਾ ਤੇ ਉਹਦੇ ਨਾਲ ਜ਼ਿਮੀਦਾਰ ਦਾ ਵੀ ਫਾਇਦਾ ਹੋਏਗਾ ਔਰ ਕੰਪਨੀਆਂ ਪੁਰਾਣੀਆਂ ਨੂੰ ਵੀ ਥੋੜ੍ਹੇ ਜਿਹੇ ਕੰਨ ਹੋਣਗੇ। ਅਸਲਾਮ ਅਲੈਕਮ ਦੋਸਤੋ, ਕੀ ਹਾਲ? ਤੁਹਾਡਾ ਭਰਾ ਇਜਾਜ਼ ਤਾਰਰ, ਤੁਸੀਂ ਵੇਖ ਰਹੇ ਜੇ ਸਾਰੇ ਭਰਾ ਯੂਟਿਊਬਰਾਂ ਦੇ ਚੈਨਲ, ਕਿਉਂਕਿ ਕਾਫੀ ਕਿਸੇ ਦੇ ਕੈਮਰੇ ਲੱਗੇ ਨੇ ਜਨਾਬ, ਵਿੱਚੇ ਤਾਰਰ ਐਗਰੀ, ਵਿੱਚੇ ਟਰੈਕਟਰ ਜ਼ੋਨ, ਤੇ ਭਾਈ ਤਾਰਕ ਨਵੀਦ ਦਾ ਪੰਜਾਬ ਟਰੈਕਟਰ, ਤੇ ਆਪਣਾ ਪਾਕਿਸਤਾਨ, ਤੇ ABBAKS, ਇਹ ਉਹ ਸਭ ਚੈਨਲ ਜਨਾਬ ਮੌਜੂਦ ਨੇ। ਅੱਜ ਜਨਾਬ ਅਸੀਂ ਮੌਜੂਦ ਆ ਤਹਿਸੀਲ ਆਰਾਵਾਲਾ, ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਾਵਾਲਾ, ਜ਼ਿਲ੍ਹਾ ਪਾਕਪਤਨ। ਇੱਥੇ ਜਨਾਬ ਅਸੀਂ ਸਾਰੇ ਭਰਾ ਆਪਣੇ ਅੱਜ ਬੁਲਾਏ ਸੀ, ਸਬਸਕ੍ਰਾਈਬਰ ਸਾਡੇ 50,000 ਤਾਰਕ ਐਗਰੀ ਦੇ ਹੋਏ ਸੀ, ਇਹਨਾਂ ਭਰਾਵਾਂ ਨੂੰ ਦਾਵਤ ਦਿੱਤੀ ਗਈ ਹੈ, ਤੇ ਇਹ ਆੜ ਵਾਲੇ ਦੀ ਖੁਸ਼ ਨਸੀਬੀ ਜਨਾਬ ਵਾਲੀ ਪਾਕਿਸਤਾਨ ਦੇ ਵਿੱਚ ਟਰੈਕਟਰ ਜਿਹੜਾ ਤਿਆਰ ਕੀਤਾ ਗਿਆ ਨਵੀਂ ਕੰਪਨੀ ਬੁਰਾਕ ਨੇ, ਉਹਨਾਂ ਦੀ ਮਿਹਰਬਾਨੀ ਜਨਾਬ, ਸਾਡੇ ਭਰਾਵਾਂ ਦੇ ਆਖਣ ਤੇ ਜਨਾਬ ਟਰੈਕਟਰ ਇੱਥੇ ਦੋਵੇਂ ਮੰਗਵਾਏ ਨੇ। ਵੀਡੀਓ ਪਾਉਣ ਦਾ ਮਕਸਦ, ਇੱਥੇ ਇਹਨਾਂ ਟਰੈਕਟਰਾਂ ਨੂੰ ਬੁਲਾਉਣ ਦਾ ਮਕਸਦ ਆਪਣੇ ਜ਼ਿਮੀਦਾਰਾਂ ਭਰਾਵਾਂ ਨੂੰ ਆਖਣਾ ਵੀ ਟਰੈਕਟਰ ਦਾ ਪ੍ਰਮੋਟ ਕਰਨਾ ਨਹੀਂ, ਨਵੀਂ ਸ਼ੈ ਪਾਕਿਸਤਾਨ ਵਿੱਚ ਆਵੇ ਤੈਨੂੰ ਲਾਂਚ ਕਰਨਾ ਸਾਡਾ ਫਰਜ਼ ਹੈ। ਅੱਛੀ ਸ਼ੈ ਹੋਵੇ ਤੈਨੂੰ ਆਖਣਾ ਚਾਹੀਦਾ, ਅੱਛਾ ਮਾੜਾ ਹੋਵੇ ਤੇ ਮਾੜਾ। ਟਰੈਕਟਰ ਸਾਹਮਣੇ ਨੇ ਰੰਗ ਅੱਛਾ, ਢੰਗ ਅੱਛਾ, ਲੋਹਾ ਅੱਛਾ, ਬਾਕੀ ਜਨਾਬੇ ਵਾਲੀ ਉੱਤੋਂ ਬੰਦਾ ਕਾਲਾ ਵੀ ਹੋਵੇ ਤੇ ਵਿੱਚੋਂ ਪੂਰਾ ਹੋਣਾ ਚਾਹੀਦਾ। ਅਸੀਂ ਰੰਗ ਢੰਗ ਤੇ ਨਹੀਂ ਜਾਣਦੇ, ਅਸੀਂ ਜ਼ਿਮੀਦਾਰਾਂ ਵਾਸਤੇ ਟਰੈਕਟਰ ਚੰਗਾ ਸਮਝਦੇ ਹਾਂ, ਜਿਹੜਾ ਤੇਲ ਘੱਟ ਪੀਵੇ ਤੇ ਕੰਮ ਤੁੰਨ ਕੇ ਕਰੇ, ਬਲੋ ਨਾ ਮਾਰੇ। ਟਰੈਕਟਰ ਤੁਹਾਡੇ ਸਾਹਮਣੇ ਵੇਖਣ ਨੂੰ ਬੜਾ ਸੋਹਣਾ, ਬਾਕੀ ਮੇਰੇ ਭਰਾ ਜ਼ਿਮੀਦਾਰ ਟਰੈਕਟਰ ਲੈਣ ਦੇ, ਟਰੈਕਟਰ ਨੂੰ ਕੋਈ ਪ੍ਰੋਬਲਮ ਹੁੰਦੀ ਉਹਦਾ ਕਲੇਮ ਲੱਭੇਦਾ, ਟਰੈਕਟਰ ਦੀ ਮੈਟੀਰੀਅਲ ਲੱਭੇ ਦੀ ਗੱਲ ਕਰਨ ਦਾ ਮਕਸਦ ਹੈ, ਚੰਗੀ ਚੰਗਾ ਤੁੰਨ ਕੇ ਟਰੈਕਟਰ ਚਲਾਓ ਦੇ, ਤੇ ਤੁਹਾਨੂੰ ਫੀਡਬੈਕ ਤੁਸੀਂ ਜ਼ਿਮੀਦਾਰਾਂ ਸਾਨੂੰ ਦੇਣਾ, ਸਾਨੂੰ ਦੱਸਣਾ ਕਿ ਟਰੈਕਟਰ ਅਸੀਂ ਲਿਆ ਇਹ ਨੁਕਸ ਆਇਆ ਇਹ ਨਹੀਂ ਆਇਆ। ਅਗਰ ਇਹ ਅੱਛਾ ਟਰੈਕਟਰ ਹੋਵੇਗਾ ਤਾਂ ਜ਼ਿਮੀਦਾਰ ਕਮਿਟਸ ਦੇਣ ਦੇ, ਇਹ ਟਰੈਕਟਰ ਪਾਕਿਸਤਾਨ 'ਚ ਕਾਮਯਾਬ ਹੋਵੇਗਾ। ਅਗਰ ਅੱਛਾ ਨਾ ਹੋਵੇਗਾ ਤੇ ਸਾਡੇ ਆਖਣ ਨਾਲ ਅੱਛਾ ਨਹੀਂ ਹੋਣਾ, ਇਹ ਭਰਾਵਾਂ ਜ਼ਿਮੀਦਾਰਾਂ ਨੇ ਟਰੈਕਟਰ ਲੈਣਾ, ਉਹਨਾਂ ਇਹਨਾਂ ਟਰੈਕਟਰਾਂ ਦੇ ਬਾਰੇ ਦੱਸਣਾ ਕਿ ਇਹ ਟਰੈਕਟਰ ਸਾਡਾ ਤੇਲ ਕਿੰਨਾ ਪੀ ਰਿਹਾ, ਕਿਹੜੇ ਗੇਅਰ 'ਚ ਅਸੀਂ ਵਾਹ ਰਹੇ ਹਾਂ, ਬਲੋ ਮਾਰ ਰਿਹਾ ਕਿ ਨਹੀਂ ਮਾਰ ਰਿਹਾ। ਮੇਰਾ ਮਕਸਦ ਇਹ ਗੱਲ ਕਰਨ ਦਾ ਇਹ ਕਿ ਪਾਕਿਸਤਾਨ ਨੂੰ ਪ੍ਰਮੋਟ ਕਰੋ। ਹੁਣ ਸਾਡੇ ਭਰਾ ਕੀ ਆਉਂਦੇ ਨੇ, ਚਾਪਰ ਲੈਣਾ ਇੰਡੀਆ ਦਾ, ਬਲੇਟ ਲੈਣਾ ਇੰਡੀਆ ਦਾ, ਆਲ ਲੈਣੇ ਨੇ ਇੰਡੀਆ ਦੇ, ਟਾਇਰ ਲੈਣੇ ਨੇ ਇੰਡੀਆ ਦੇ, ਹਰ ਸ਼ੈ ਅਸੀਂ ਇੰਡੀਆ ਤੇ ਜਾਂਦੇ ਹਾਂ। ਸਾਡਾ ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ। ਪਾਕਿਸਤਾਨ ਦੀ ਕੋਈ ਸ਼ੈ ਵੀ ਹੈ ਉਹਨੂੰ ਪ੍ਰਮੋਟ ਕਰੋ, ਉਹਨੂੰ ਵਾਹ ਕੇ ਚਲਾ ਕੇ ਚੰਗਾ ਚੈੱਕ ਕਰੋ। ਅਗਰ ਚੰਗੀ ਸ਼ੈ ਹੈ ਤਾਂ ਲੈਣੀ ਚਾਹੀਦੀ ਹੈ, ਮਾੜੀ ਹੋਵੇ ਤਾਂ ਸਾਰੇ ਸਾਹਮਣੇ ਆ ਜਾਂਦੀ। ਇਹੀ ਸਾਡਾ ਮਕਸਦ ਹੈ। ਬਾਕੀ ਲੋਹਾ ਵੇਖਣ ਨੂੰ, ਰੰਗ ਨੂੰ, ਢੰਗ ਨੂੰ, ਟਾਇਰਾਂ ਨੂੰ, ਚੀਜ਼ ਵੇਖੀ ਗਈ ਹੈ, ਮਟੀਰੀਅਲ ਬਹੁਤ ਅੱਛਾ ਹੈ, ਵੇਖਣ ਸਾਡੇ ਵੇਖਣ ਦੇ ਮੁਤਾਬਕ ਟਰੈਕਟਰ ਬਹੁਤ ਅੱਛਾ ਹੈ। ਬਾਕੀ ਫੀਡਬੈਕ ਜ਼ਿਮੀਦਾਰਾਂ ਨੇ ਦੇਣਾ। ਮੁਕੰਮਲ ਇਹਦੀ ਵੀਡੀਓ ਆਵੇ ਦੀ ਸਾਰੇ ਯੂਟਿਊਬਰ ਭਰਾਵਾਂ ਦੇ, ਤੇ ਸਾਰੇ ਭਰਾਵਾਂ ਦਾ ਸ਼ੁਕਰੀਆ। ਤਹਿਸੀਲ ਆਰਾਵਾਲਾ ਦੇ ਵਿੱਚ 2 ਟਰੈਕਟਰ ਆਏ ਨੇ, ਇਹ ਜਨਾਬੇ ਵਾਲੀ ਅਸੀਂ ਇਹਨਾਂ ਦੀ ਵੀਡੀਓ ਪਾਈ ਹੈ। ਕੋਈ ਮੇਰਾ ਭਰਾ ਲੈਣਾ ਚਾਹੇ, ਇਹ ਵੀਡੀਓ ਦੇ ਉੱਤੇ ਕੀਮਤਾਂ ਵੀ ਦੱਸੀਆਂ ਜਾਣ ਦੀਆਂ, ਟਰੈਕਟਰ ਦੀ ਜੋ ਵੀ ਗੱਲਬਾਤ ਹੈ ਸਾਰੀ ਦੱਸੀ ਜਾਵੇਗੀ। ਤੇ ਆਖਰੀ ਜੁਮਲੇ ਦੇ ਨਾਲ ਵਸਦੇ ਰਹੋ ਸੱਜਣੋ।
ਸਾਰੇ ਭਰਾ ਦੁਆ ਕਰਦੇ ਹੋ ਇਕੱਲਾ ਪਾਕ ਟਰੈਕਟਰ ਵੀ ਕਾਮਯਾਬ ਕਰੇ ਅਤੇ ਮੁਲਕੇ ਪਾਕਿਸਤਾਨ 'ਤੇ ਵੀ ਰਹਿਮ ਕਰੇ ਅਤੇ ਜਿਹੜਾ ਇਸ ਟਾਈਮ ਕੰਮ ਚੱਲ ਰਿਹਾ ਸਾਡੇ ਪੰਜਾਬ ਦੇ ਜ਼ਿਮੀਦਾਰਾਂ 'ਤੇ, ਇਹਨਾਂ 'ਤੇ ਵੀ ਅੱਲਾ ਪਾਕ ਰਹਿਮ ਅਤੇ ਫਸਲ 'ਤੇ ਕਰਮ ਕਰੇ। ਕਿਸੇ ਫਸਲ ਦਾ ਰੇਟ ਨਹੀਂ ਆ ਰਿਹਾ, ਦੁਆ ਨਾਲ ਹੀ ਅੱਲਾ ਪਾਕ ਇਸ ਮੁਲਕ 'ਤੇ ਐਸਾ ਕੁ ਹੁਕਮਰਾਨ ਲੈ ਕੇ ਆਵੇ ਜਿਹੜਾ ਜ਼ਿਮੀਦਾਰਾਂ ਦੇ ਬਾਰੇ ਸੋਚੇ, ਅਤੇ ਇਨਸ਼ਾਅੱਲਾ ਅਸੀਂ ਵੀ ਸਾਰੇ ਭਰਾ ਜ਼ਿਮੀਦਾਰਾਂ ਦੇ ਬਾਰੇ ਹੀ ਸੋਚਣ ਵਾਲੇ ਹਾਂ, ਤੁਹਾਡੇ ਹੀ ਭਰਾ ਵਾਂ ਅਤੇ ਜ਼ਿਮੀਦਾਰਾਂ ਦੇ ਮੁੰਡੇ ਹਾਂ। ਮਿਹਰਬਾਨੀ ਸੱਜਣੋ, ਆਖਰੀ ਜੁਮਲੇ ਦੇ ਨਾਲ ਵਸਦੇ ਰਹੋ ਸੱਜਣੋ, ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ। ਜਨਾਬ ਜਸਰ ਸਿੰਘ ਸਾਹਿਬ, ਤੁਸੀਂ ਜਨਾਬ ਸਮਝੇ ਟਰੈਕਟਰ ਦੇ ਬਾਰੇ ਕੀ ਖਿਆਲਾਤ ਦੱਸਦੇ ਜੀ? ਅੱਛਾ, ਵਿਚਾਰ ਕੀ ਨੇ? ਠੀਕ ਹੈ ਜੀ, ਹਾਲ ਦੀ ਘੜੀ ਜਿਵੇਂ ਆਇਆ ਮਾਸ਼ਾਅੱਲਾ, ਬਹੁਤ ਅੱਛਾ ਟਰੈਕਟਰ ਹੈ। ਹੁਣ ਮਜ਼ੀਦ ਵੇਖਣ ਨੂੰ ਅੱਛਾ ਹੈ, ਬਾਕੀ ਸਾਰਿਆਂ ਜਾ ਕੇ ਵੇਖਣ ਨੂੰ ਅੱਛਾ ਹੈ, ਵੇਖਣ ਨੂੰ ਮਾਸ਼ਾਅੱਲਾ ਗੁੱਡ ਲੁਕਿੰਗ ਹੈ ਜੀ, ਬਣਾਇਆ ਤੁਸੀਂ ਸਾਡੇ ਸਾਹਮਣੇ ਹੀ ਸਾਰੇ ਦੋਸਤ, ਹਾਂਜੀ ਬਹੁਤ ਅੱਛਾ ਇਨਸ਼ਾਅੱਲਾ। ਜਿਵੇਂ ਇਜਾਜ਼ ਭਾਈ ਨੇ ਕਿਹਾ, ਬਾਕੀ ਚੱਲੇਗਾ ਤੇ ਸਾਹਮਣੇ ਆ ਜਾਏਗਾ, ਪਤਾ ਲੱਗ ਜਾਏਗਾ। ਬਾਕੀ ਹਾਲ ਦੀ ਘੜੀ ਬਹੁਤ ਅੱਛਾ ਬਣਾਇਆ, ਬਹੁਤ ਅੱਛੀ ਮਿਹਨਤ, ਰੰਗ ਅੱਛਾ ਹੈ, ਫਿਨਿਸ਼ਿੰਗ ਅੱਛੀ ਹੈ ਜੀ, ਜ਼ਬਰਦਸਤ। ਵਿੱਚੋਂ ਦਾ ਤੁਹਾਨੂੰ ਜ਼ਿੰਮੇਦਾਰਾਂ ਸਾਨੂੰ ਦੱਸਣਾ ਹੈ ਵੀ ਇਹ ਟਰੈਕਟਰ ਕਿਵੇਂ ਹੈ ਜੀ। ਭਾਈ ਤਾਰਕ ਨੇ ਵੀ ਤੁਸੀਂ ਦੱਸੋ। ਹਾਂਜੀ ਭਾਈ ਜਾਨ, ਇਹ ਇੱਕ ਅੱਛਾ ਸਟੈਪ ਲਿਆ ਕੰਪਨੀ ਨੇ, ਬੜੀ ਖੁਸ਼ਾਈਨ ਗੱਲ ਹੈ ਕਿ ਸਾਡੇ ਮੁਲਕ ਪਾਕਿਸਤਾਨ ਦੇ ਵਿੱਚ ਇੱਕ ਨਵੀਂ ਕੰਪਨੀ ਆਈ ਹੈ, ਅਤੇ ਜ਼ਿਆਦਾਤਰ ਸਾਡੇ ਜਿਹੜੇ ਫਾਰਮਰ ਵੱਡੇ ਫਾਰਮਰ ਨੇ ਉਹਨਾਂ ਦੀ ਡਿਮਾਂਡ ਵੀ ਸੀ 100 HP, ਔਰ ਕੰਪਨੀ ਇਹਨੂੰ 100 HP ਕਲੇਮ ਵੀ ਕਰ ਰਹੀ ਹੈ ਟਰਬੋ ਲਗਾ ਕੇ। ਇਹ ਚੈੱਕ ਕਰੋ ਜੀ, ਬਾਕੀ ਬਨਾਵਟ ਠੀਕ ਹੈ, ਟਰਬੋ ਬਹੁਤ ਜ਼ਬਰਦਸਤ ਲੱਗੀ ਗਈ ਹੈ, ਅਤੇ ਅਸੀਂ ਜੀ ਇਸ ਕੰਪਨੀ ਨੂੰ ਵੈਲਕਮ ਕਰਦੇ ਹਾਂ, ਅਤੇ ਬਾਕੀ ਇਨਸ਼ਾਅੱਲਾ ਟਰੈਕਟਰ ਫੀਲਡ ਵਿੱਚ ਚੱਲਣਗੇ ਇੱਥੇ ਤੁਹਾਨੂੰ ਪਰਫਾਰਮੈਂਸ ਵੀਡੀਓ। ਹਾਂਜੀ ਦੋਸਤੋ, ਪਾਕਿਸਤਾਨ ਦੇ ਵਿੱਚ ਪਹਿਲੀ ਦਫ਼ਾ 100 HP ਦਾ ਟਰੈਕਟਰ, 37,49,100 HP ਟਰੈਕਟਰ ਜਨਾਬ, ਇਸਤੇਮਾਲ ਕਰੋ, ਫੀਡਬੈਕ ਸਾਨੂੰ ਦਿਓ, ਮਿਹਰਬਾਨੀ। ਸਰ ਫਸਟ ਆਫ ਆਲ ਤਾਂ ਆਪਣਾ ਥੈਂਕ ਯੂ ਸੋ ਮਚ ਆਪਣਾ ਕੰਪਨੀ ਨੂੰ ਜੀ, ਕਿ ਉਹਨਾਂ ਨੇ ਇੱਕ ਨਵਾਂ ਪ੍ਰੋਡਕਟ ਲਾਂਚ ਕੀਤਾ ਹੈ ਜੀ, ਜੀ, ਅਤੇ ਉਹਦੇ ਵਾਸਤੇ ਆਪਣਾ ਸਭ ਨਾਲ ਪਹਿਲੇ ਉਹਨੇ ਆਪਣਾ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ, ਅਤੇ ਉਹਨਾਂ ਦੇ ਆਪਣਾ ਤਵਸ ਨਾਲ ਜ਼ਿੰਮੇਦਾਰ ਜਿਹੜੇ ਦੋਸਤ ਜ਼ਿੰਮੇਦਾਰ ਆ, ਉਹਨਾਂ ਨੂੰ ਦੇਖਣ ਵਾਸਤੇ ਟਰੈਕਟਰ ਚਲਾਉਣ ਵਾਸਤੇ ਕੋਈ ਟਰੈਕਟਰ ਭੇਜੇ ਨੇ। ਫਸਟ ਆਫ ਆਲ ਦਾ ਸ਼ੁਕਰੀਆ ਜੀ। ਸੈਕਿੰਡਲੀ ਮੈਂ ਕੰਪਨੀ ਨੂੰ ਐਪਰੀਸ਼ੀਏਟ ਕਰਦਾ ਹਾਂ ਇੱਕ ਦੋ ਗੱਲਾਂ 'ਤੇ ਜੀ। ਉਹ ਇਸ ਗੱਲ 'ਤੇ ਕਿ ਸਭ ਨਾਲ ਕਾਮਯਾਬ ਤਰੀਨ ਡਿਜ਼ਾਇਨ ਜਿਹੜਾ ਆਪਣਾ ਪਾਕਿਸਤਾਨ 'ਚ, ਉਹ ਇਹ ਡਿਜ਼ਾਇਨ ਆਪਣਾ ਮੰਨਿਆ ਜਾ ਰਿਹਾ ਸੀ, ਕਿ ਸਟਿੱਲ ਆਪਣਾ ਟਰਬੋ ਵਗੈਰਾ ਹੋਣੀ ਚਾਹੀਦੀ ਹੈ, ਪਲੇਟਫਾਰਮ ਖੁੱਲ੍ਹਾ ਹੋਣਾ ਚਾਹੀਦਾ ਨੇ। ਇਹ ਖੁਸ਼ਾਇਨ ਗੱਲਾਂ ਨੇ, ਅੱਛੀਆਂ ਗੱਲਾਂ ਨੇ ਜੀ ਆਪਣਾ। ਬਾਕੀ ਟਰੈਕਟਰ ਦੇਖਣ ਨੂੰ ਬਿਲਕੁਲ ਠੀਕ ਹੈ ਜੀ। ਸਲਾਮ ਅਲੈਕਮ ਜੀ। ਹਾਂਜੀ ਯਾਸਰ ਭਾਈ, ਬਰਾਕ ਟਰੈਕਟਰ ਤੁਸੀਂ ਚਲਾਇਆ, ਚੈੱਕ ਵੀ ਕੀਤਾ, ਔਰ ਮਾਸ਼ਾਅੱਲਾ ਤੁਸੀਂ ਕਾਫੀ ਸਿਆਣੇ ਬੰਦੇ ਹੋ ਅਤੇ ਤਜਰਬੇਕਾਰ ਹੋ, ਕੋਈ ਦੱਸੋ ਗੱਲਬਾਤ ਇਹਦੀ ਕਿ ਕਿਸ ਤਰ੍ਹਾਂ ਦਾ ਥਿਆਨ ਲੱਗਿਆ ਟਰੈਕਟਰ? ਇਹ ਤਾਰਕ ਸਾਹਿਬ, ਇਹ ਟਰੈਕਟਰ ਜਿਹਨਾਂ ਨੇ ਦੇਖੇ ਇੱਥੇ ਆਏ ਹੋਏ ਸਨ, ਹਾਂਜੀ ਭਾਈ ਜਾ ਸਾਹਿਬ ਦੇ ਦਾਵਤ 'ਤੇ, ਅਤੇ ਬੁਲਾਏ ਗਏ ਸਨ ਵੀ ਇਹ ਦੇਖੇ ਜਾਣ, ਚਲੋ ਫਾਰਮਰ ਵੀ ਦੇਖ ਲੈਣ ਅਤੇ ਯੂਟਿਊਬਰ ਹਜ਼ਰਾਤ ਵੀ ਦੇਖ ਲੈਣ। ਅੱਛੇ ਆ ਕੰਪਨੀ ਨੇ ਟਰੈਕਟਰ ਤਿਆਰ ਕੀਤੇ, ਖਾਸ ਕਰ ਇਹ ਵਾਲਾ ਟਰੈਕਟਰ ਇਹਨਾਂ ਦਾ 4,400 4-wheel ਡਰਾਈਵ ਮੈਨੂੰ ਬੜਾ ਜਿਹੜਾ ਹੈ ਉਹ ਪਸੰਦ ਆਇਆ, ਟਰਬੋ ਲੱਗੀ ਹੋਈ ਆ, ਚੰਗਾ ਸੋਹਣਾ ਖੁੱਲ੍ਹਾ ਜਿਹਾ ਰੱਖ ਕੇ ਟਰੈਕਟਰ ਬਣਾਇਆ ਕੰਪਨੀ ਨੇ, ਸਹੀ 100 HP ਕੈਟਾਗਰੀ 'ਚ ਹੈ। ਹਾਂਜੀ ਹਾਂਜੀ। ਬਾਕੀ ਯਾਸਰ ਭਾਈ, ਜਿਹੜੀਆਂ ਵਿੱਚ ਕੋਈ ਤਬਦੀਲੀਆਂ ਕੀਤੀਆਂ ਕੰਪਨੀ ਨੇ, ਇਹਨਾਂ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ? ਮੈਂ ਅੱਛਾ ਖੁਸ਼ਾਇਨ, ਮੈਂ ਕਹਿੰਦਾ ਜਿਹੜੀ ਕੰਪਨੀ ਤਬਦੀਲੀਆਂ ਕਰਦੀ ਆ ਜਾਂ ਫਾਰਮਰ ਦਾ ਫੀਡਬੈਕ ਲੈ ਕੇ ਤਬਦੀਲੀਆਂ ਕਰਦੀ ਆ, ਬੜਾ ਚੰਗਾ ਕਰਦੀ ਆ। ਹਾਂਜੀ, ਇਹ ਟ੍ਰੈਂਡ ਸੈੱਟ ਹੋਣਾ ਚਾਹੀਦਾ ਤਬਦੀਲੀਆਂ ਵਾਲਾ, ਇਹ ਅੱਛੀ ਚੀਜ਼ ਦਾ ਹੋਣੀ ਚਾਹੀਦੀ, ਚੰਗਾ ਕੀਤਾ ਕੰਪਨੀ ਨੇ। ਲਓ ਜੀ ਦੋਸਤੋ, ਆਪਣੇ ਨਾਲ ਹੈਗੇ ਜੀ ਫਰਕ ਜਵੇਦ ਸਾਹਿਬ ਖਾਨਪੁਰ ਤੋਂ, ਔਰ ਇਹਨਾਂ ਕੋਲੋਂ ਜੀ ਫੀਡਬੈਕ ਲੈਂਦੇ ਹਾਂ। ਬਰਾਕ ਟਰੈਕਟਰ ਨੇ ਮੈਂ ਦੇਖੇ ਵੀ ਹੈ ਔਰ ਚਲਾਏ ਵੀ ਨੇ, ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਬਾਈ ਜਾਨ? ਇਹਦੇ ਬਾਰੇ ਦੱਸੋ, ਨਵੀਂ ਕੰਪਨੀ ਆਈ ਪਾਕਿਸਤਾਨ ਦੇ ਬਰਾਕ ਟਰੈਕਟਰ, ਔਰ ਪਾਕਿਸਤਾਨ ਦੇ ਵਿੱਚ ਪਹਿਲਾ ਟਰੈਕਟਰ ਇਹਨਾਂ ਨੇ 100 HP ਦਾ ਲਾਂਚ ਕੀਤਾ, ਅਤੇ ਤੁਸੀਂ ਆਏ ਹੋ ਇੱਥੇ, ਮਾਸ਼ਾਅੱਲਾ ਟਰੈਕਟਰ ਦੇਖੇ ਵੀ ਹੈ, ਅਤੇ ਕੀ ਫੀਡਬੈਕ ਹੈ ਆਪਣਾ ਇਹਨਾਂ ਦੇ? ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮ ਅਲੈਕੁਮ ਜੀ ਸਾਰੇ ਦੋਸਤਾਂ ਨੂੰ, ਕੀ ਹਾਲ ਚਾਲ? ਉਮੀਦ ਕਰਦਾ ਸਾਰੇ ਬੜਾ ਠੀਕ ਠਾਕ ਹੋਣਗੇ, ਅਤੇ ਤੁਸੀਂ ਦੇਖ ਰਹੇ ਹੋ ਦੋਸਤੋ ਪੰਜਾਬ ਟਰੈਕਟਰਜ਼ ਯੂਟਿਊਬ ਚੈਨਲ। ਮੇਰਾ ਨਾਮ ਹੈ ਫਰਫ ਜਵੇਦ, ਅਤੇ ਅੱਜ ਅਸੀਂ ਆਏ ਸੀਗੇ ਜੀ ਬਾਈ ਇਜਾਜ਼ ਤਾਰੜ ਦੀ ਦਾਵਤ ਸੀਗੀ ਇੱਥੇ, ਉੱਥੇ ਇਹ ਦੋ ਟਰੈਕਟਰ ਆਏ ਸੀਗੇ ਜੀ ਇੱਥੇ, ਬੁਰਾਕ ਇੱਕ ਨਵੀਂ ਕੰਪਨੀ ਆ,
ਅਤੇ ਡਿਜ਼ਾਇਨਿੰਗ ਦੇ ਹਿਸਾਬ ਨਾਲ ਤੁਸੀਂ ਦੇਖੋਗੇ ਅਤੇ ਇਸ ਡਿਜ਼ਾਇਨ ਦੇ ਟਰੈਕਟਰ ਪਹਿਲੇ ਵੀ ਤੁਸੀਂ ਦੇਖੇ ਆ। ਬਾਕੀ ਇੱਕ ਨਵੀਂ ਕੰਪਨੀ ਆ ਜੀ ਜਿਹਦੇ ਵਿੱਚ ਕੁਛ ਚੇਂਜਿੰਗ ਆ, ਮੈਂ ਤਾਂ ਵੈਸੇ ਪਹਿਲੀ ਦਫ਼ਾ ਦੇਖਿਆ ਇਹ ਬੁਰਾਕ ਟਰੈਕਟਰ ਜੀ। ਇਹ 100 HP ਦਾ B4100 ਟੂ ਵੀਲ ਡਰਾਈਵ, ਇਹਦੇ ਵਿੱਚ 4-wheel ਡਰਾਈਵ ਵੀ ਹੈ ਅਤੇ ਬਾਕੀ ਭਾਈ ਹੁਣਾਂ ਨੇ ਤੁਹਾਨੂੰ ਇਹਦਾ ਡਿਜ਼ਾਇਨ ਤਾਂ ਸਾਰਾ ਦਿਖਾ ਦਿੱਤਾ ਹੋਣਾ ਅਤੇ ਇੱਕ ਨਵਾਂ ਟਰੈਕਟਰ ਆ ਜੀ, ਅਸੀਂ ਇਹਨੂੰ ਖੁਸ਼ ਆਮਦੀਦ ਕਹਿੰਦੇ ਹਾਂ ਇਸ ਮਾਰਕੀਟ ਦੇ ਵਿੱਚ ਜਿੱਥੇ ਪਹਿਲੇ 2-4 ਕੰਪਨੀਆਂ ਵਾ ਸਿਰਫ ਅਤੇ ਬਹੁਤ ਅੱਛੀ ਗੱਲ ਆ ਜੀ। ਕੰਪੀਟੀਸ਼ਨ ਹੋਏਗਾ ਅਤੇ ਉਹਦੇ ਨਾਲ ਜ਼ਿਮੀਂਦਾਰ ਦਾ ਵੀ ਫਾਇਦਾ ਹੋਏਗਾ ਔਰ ਕੰਪਨੀਆਂ ਪੁਰਾਣੀਆਂ ਨੂੰ ਵੀ ਥੋੜ੍ਹੇ ਜਿਹੇ ਕੰਨ ਹੋਣਗੇ ਅਤੇ ਜਿਹੜੇ ਮਸਲੇ ਮਸਾਇਲ ਚੱਲ ਰਹੇ ਜ਼ਿਮੀਂਦਾਰਾਂ ਨਾਲ, ਉਮੀਦ ਆ ਕਿ ਉਹ ਬਿਹਤਰੀਨ ਤਰੀਕੇ ਨਾਲ ਉਹਨਾਂ ਦੇ ਹੱਲ ਹੋਣਗੇ।